ਸੜਕ ਤੇ ਡੁੱਲਿਆ ਇਹ ਖੂਨ ਉਹਨਾਂ ਨੌਜਵਾਨਾਂ ਦਾ ਹੈ ਜੋ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਸਰਨੇ ਵੱਲ ਜਾ ਰਹੇ ਸਨ ਕਿ ਪਿੱਛੇ ਆ ਰਹੇ ਇਹਨਾਂ ਨੌਜਵਾਨਾਂ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਸੜਕ ਪੂਰੀ ਖੂਨ ਨਾਲ ਲਥਪਥ ਹੋ ਗਈ ਤੇ ਇਸ ਦੌਰਾਨ ਮੌਕੇ ਤੇ ਹੀ ਤਿੰਨੇ ਨੌਜਵਾਨਾਂ ਨੇ ਦਮ ਤੋੜ ਦਿੱਤਾ। ਉਧਰ ਜਿਵੇਂ ਹੀ ਨੌਜਵਾਨਾਂ ਦੇ ਪਰਿਵਾਰ ਨੂੰ ਇਸ ਹਾਦਸੇ ਬਾਰੇ ਪਤਾ ਲੱਗਦਾ ਉਵੇਂ ਹੀ ਉਹ ਉੱਥੇ ਪਹੁੰਚ ਜਾਂਦੇ ਨੇ ਤੇ ਇਹਨਾਂ ਦੇ ਪਰਿਵਾਰਾਂ ਦੀਆਂ ਚੀਕਾਂ ਦੂਰ ਦੂਰ ਤੱਕ ਸੁਣਾਈ ਦਿੰਦੀਆਂ ਨੇ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਲਿਆ ਤੇ ਪੋਸਟਮਾਰਟਮ ਦੇ ਲਈ ਹਸਪਤਾਲ ਭੇਜ ਦਿੱਤਾ ਤੇ ਮ੍ਰਿਤਕਾਂ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ। ਦੇ ਵਿੱਚ ਇਹ ਤਿੰਨ ਜਣੇ ਸੀ, ਮੋਟਰਸਾਈਕਲ ਸੀ ਸਪਲੈਂਡਰ ਇਹਨਾਂ ਕੋਲ ਅਤੇ ਕੋਈ ਅਣਪਛਾਤਾ ਵਾਹਨ ਇਹਨਾਂ ਨੂੰ ਟੱਕਰ ਮਾਰ ਗਿਆ। ਜਿਹੜੇ ਤਿੰਨੇ ਜਿਹੜੇ ਮੌਕੇ 'ਤੇ ਡੈੱਡ ਹੋ ਗਏ ਆ, ਇਹਨਾਂ ਦੀਆਂ ਡੈੱਡ ਬੋਡੀਆਂ ਲੈ ਕੇ ਅਸੀਂ ਸਰਕਾਰੀ ਹੋਸਪਿਟਲ ਪਠਾਨਕੋਟ ਪਹੁੰਚੇ। ਤੋਂ ਪਹਿਚਾਣ ਨਹੀਂ ਹੋਈ? ਪਹਿਚਾਣ ਇਹਨਾਂ ਦੇ ਵਾਰਸਾ ਇਹ ਆ ਜੀ, ਲਿਖ ਰਹੇ ਉਹਨਾਂ ਦੇ ਬਿਆਨ ਵਗੈਰਾ ਜੋ ਵੀ ਆ। ਇਹ ਕਿੱਥੋਂ ਦੇ ਹੈਗੇ ਸੀ ਰਹਿਣ ਵਾਲੇ? ਇਹ ਜੀ ਆਪਣੇ ਸਰਨੇ ਦੇ ਲੱਗ ਸਕੇ ਦੀ ਹੈ। ਪੰਜਾਬ ਦੀਆਂ ਸੜਕਾਂ ਤੇ ਮੌਤ ਘੁੰਮਦੀ ਹੈ, ਸੋ ਲੋੜ ਹੈ ਇਸ ਤੋਂ ਬਚਣ ਦੀ। ਪਠਾਨਕੋਟ ਤੋਂ ਗੁਰਪ੍ਰੀਤ ਸਿੰਘ ਦੇ ਨਾਲ ਬਿਊਰੋ ਰਿਪੋਰਟ।